ਸੂਬੇ ਦੇ ਵਿੱਚ ਗੈਂਗਸਟਰਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਰਾਜਪੁਰਾ ਸਪੈਸ਼ਲ ਸੈੱਲ ਤੇ ਸਿਟੀ ਰਾਜਪੁਰਾ ਪੁਲਿਸ ਨੇ ਰਾਜਪੁਰਾ ਦੇ ਇੱਕ ਨਾਮਜīn ਕਾਰੋਬਾਰੀ ਤੋਂ 50 ਲੱਖ ਦੀ ਫਰੋਤੀ ਮੰਗਣ ਦੇ ਮਾਮਲੇ ਦੇ ਵਿੱਚ ਲਾਰੈਂਸ ਬਸਲੋਈ ਤੇ ਗੋਲਡੀ ਬਰਾੜ ਗੈਂਗ ਦੇ ਦੋ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਮਲਜ਼ਮਾਂ ਦੇ ਕੋਲੋਂ 32 ਬੋਰ ਦੀ ਇੱਕ ਪਿਸਤੌਲ ਤੇ 5 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਨੇ ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਮਲਜ਼ਮ ਨੂੰ ਪਹਿਲੇ ਵੀ ਗ੍ਰਿਫਤਾਰ ਕੀਤਾ ਸੀ ਤੇ ਉਹਨੂੰ ਜੇਲ੍ਹ ਵੀ ਭੇਜਿਆ ਸੀ ਹੁਣ ਦੋ ਮਲਜ਼ਮਾਂ ਦੀ ਗ੍ਰਿਫਤਾਰੀ ਹੋਈ ਹੈ ਇਹ ਦੋਨੋਂ ਮੁਲਜ਼ਮ ਲਾਰਸ ਬਿਸ਼ਨੋਈ ਤੇ ਗੋਲਡੀ ਵਿਰਾੜ ਨੂੰ ਕਾਰੋਬਾਰੀਆਂ ਬਾਰੇ ਪਲ-ਪਲ ਦੀ ਡਿਟੇਲ ਭੇਜ ਰਹੇ ਸਨ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਰਾਜਪੁਰਾ ਦੇ ਇੱਕ ਵਪਾਰੀ ਤੋਂ ਵਿਦੇਸ਼ੀ ਵਿੱਚ ਬੈਠਾ ਗੋਲਡੀ ਵਿਰਾੜ ਤੇ ਇੱਕ ਜੇਲ੍ਹ ਵਿੱਚ ਬੈਠਾ ਲਾਰਸ ਬਿਸ਼ਨੋਈ ਲਗਾਤਾਰ ਮੋਬਾਈਲ ਨੰਬਰ ਤੋਂ ਫਿਰੋਤੀ ਮੰਗ ਰਿਆ ਸੀ ਉਹਦੇ ਕੋਲੋਂ 50 ਲੱਖ ਰੁਪਏ ਦੀ ਫਿਰੋਤੀ ਮੰਗੀ ਜਾ ਰਹੀ ਸੀ ਤੇ ਨਾਲ ਉਹਨੂੰ ਧਮਕੀਆਂ ਭਰੀਆਂ ਕਾਲਾਂ ਵੀ ਆ ਰਹੀਆਂ ਸੀ ਵਪਾਰੀ ਨੇ ਇਸ ਮਾਮਲੇ ਵਿੱਚ ਪੁਲਿਸ ਵਿੱਚ ਬਿਆਨ ਦਰਜ ਕਰਾਇਆ ਉਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੇਸ ਦਰਜ ਕਰ ਲਿਆ ਬਾਅਦ ਵਿੱਚ ਸਪੈਸ਼ਲ ਸੈੱਲ ਰਾਜਪੁਰਾ ਦੇ ਇਨਚਾਰਜ ਹੈਰੀ ਬੋਪਰਾਏ ਤੇ ਸਿਟੀ ਰਾਜਪੁਰਾ ਪੁਲਿਸ ਨੇ ਫਿਰੋਤੀ ਦੀ ਮੰਗ ਕਰਨ ਵਾਲੇ ਮਲਜ਼ਮਾਂ ਨੂੰ ਜਿਨ੍ਹਾਂ ਦੇ ਨਾਂ ਰਾਹੁਲ ਨਿਵਾਸੀ ਮੀਰਪੁਰ ਹੈ ਨੂੰ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਵਪਾਰੀ ਦੀ ਡਿਟੇਲ ਗੈਂਗਸਟਰਸ ਨੂੰ ਦੇਣ ਵਾਲੇ ਮਲਜ਼ਮ ਨਵਜੋਤ ਸਿੰਘ ਉਰਫ लाड्डी ਨਿਵਾਸੀ ਗੁਲਮੋਹਰ ਕਲੋਨੀ ਮੀਰਾਪੁਰ ਰਾਜਪੁਰਾ ਤੇ ਜਤិន ਨਿਵਾਸੀ ਗੁਰਬਖਸ਼ ਕਲੋਨੀ ਗੋਸ਼ਾਲਾ ਰੋਡ ਜੈਪੁਰ ਨੂੰ ਵੀ ਨਾਮਜ਼ਦ ਕੀਤਾ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆਤਾ ਹੈ। ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਜਿੱਥੋਂ ਪੁਲਿਸ ਰਿਮਾਂਡ ਤੇ ਇਹਨਾਂ ਨੂੰ ਭੇਜ ਦਿੱਤਾ ਗਿਆ ਹੈ। ਇਹਨਾਂ ਨੇ ਦੱਸਿਆ ਹੈ ਕਿ ਵਾਰਦਾਤ ਵਿੱਚ ਇਸਤੇਮਾਲ ਕਰਨ ਵਾਲਾ ਅਸਲਾ ਉਹਨਾਂ ਨੇ ਕਿੱਥੇ ਰੱਖਿਆ ਹੈ ਉਸ ਦੇ ਆਧਾਰ ਤੇ ਪਿਸਤੌਲ ਮੈਗਜ਼ੀਨ ਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਐਸਐਸਪੀ ਨੇ ਦੱਸਿਆ ਕਿ ਗੈਂਗਸਟਰ ਮੁਹਾਲੀ ਪਟਿਆਲਾ ਦੇ ਏਰੀਆ ਦੇ ਵਿੱਚ ਕਾਫੀ ਐਕਟਿਵ ਨੇ ਤੇ ਉਹ ਲਗਾਤਾਰ ਕਾਰੋਬਾਰੀਆਂ ਨੂੰ ਕਾਲ ਕਰਕੇ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਤੇ ਉਹਨਾਂ ਕੋਲੋਂ ਫਿਰੋਤੀ ਮੰਗ ਰਹੇ ਨੇ